क्वीन भारती सिंह अते हर्ष लिंबाचिया अपने विआह दी 5वीं वरेगंढ मना रहे हैं। अपने विआह दी एनिवर्सरी दे मौके ते भारती ने सोशल मीडिया ते पति हर्ष लई एक खास नोट शेयर किया। इस नोट दे नाल भारती ने अपने विआह दे फोटोशूट दी कुछ अनदेखियां तस्वीरां भी शेयर कीतियां ਅਤੇ ਆਪਣੇ ਪਤੀ ਨੂੰ ਵਿਆਹ ਦੀ ਐਨੀਵਰਸਰੀ ਤੇ ਵਧਾਈ ਦਿੱਤੀ। ਤੁਹਾਨੂੰ ਦੱਸ ਦਈਏ ਕਿ ਭਾਰਤੀ ਸਿੰਘ ਅਤੇ ਉਹਨਾਂ ਦੇ ਪਤੀ ਹਰਸ਼ ਅਕਸਰ ਆਪਣੇ ਫਨੀ ਅੰਦਾਜ਼ ਨਾਲ ਲੋਕਾਂ ਨੂੰ ਹਸਾਉਂਦੇ ਹਨ। ਜਿੰਨਾ ਜ਼ਿਆਦਾ ਇਹ ਪਿਆਰਾ ਜੋੜਾ ਲੋਕਾਂ ਨਾਲ ਹੱਸਦਾ ਅਤੇ ਮੁਸਕਰਾਉਂਦਾ ਨਜ਼ਰ ਆਉਂਦਾ ਹੈ, ਉਹਨਾਂ ਹੀ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤੀ ਅਤੇ ਹਰਸ਼ ਦਾ ਵਿਆਹ 3 ਦਸੰਬਰ 2017 ਨੂੰ ਹੋਇਆ ਸੀ। ਭਾਰਤੀ ਸਿੰਘ ਮਨੋਰੰਜਨ ਉਦਯੋਗ ਵਿੱਚ ਆਪਣੇ ਮਜ਼ਾਕੀਆ ਹਾਸੇ ਲਈ ਜਾਣੀ ਜਾਂਦੀ ਹੈ, ਜਦੋਂ ਕਿ ਪਤੀ ਹਰਸ਼ ਲਿੰਬਾਚੀਆ ਇੱਕ ਰਾਈਟਰ ਦੇ ਨਾਲ ਨਾਲ ਉਸਦੇ ਹੋਸਟ ਵਜੋਂ ਵੀ ਮਸ਼ਹੂਰ ਹੈ। ਹਰਸ਼ ਨੇ ਪੀਐਮ ਨਰਿੰਦਰ ਮੋਦੀ ਬਾਇਓਪਿਕ ਦੇ ਡਾਇਲੋਗ ਲਿਖੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਫਿਲਮ ਮਲੰਗ ਦਾ ਟਾਈਟਲ ਟਰੈਕ ਵੀ ਲਿਖਿਆ। ਦੱਸ ਦਈਏ ਕਿ ਭਾਰਤੀ ਨੇ ਹਰਸ਼ ਨਾਲ ਮਿਲ ਕੇ ਕਲਰਸ ਟੀਵੀ ਸ਼ੋਅ ਹੁਨਰਬਾਜ਼ ਨੂੰ ਹੋਸਟ ਕੀਤਾ ਹੈ। ਇਸ ਤੋਂ ਇਲਾਵਾ ਦੋਵੇਂ ਅਕਸਰ ਦੂਜੇ ਸ਼ੋਅ ਦੇ ਸੈੱਟ ਤੇ ਹੱਸਦੇ ਅਤੇ ਮਜ਼ਾਕ ਕਰਦੇ ਨਜ਼ਰ ਆਉਂਦੇ ਹਨ। ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਆਹ ਦੇ ਕਰੀਬ 4 ਸਾਲ ਬਾਅਦ ਭਾਰਤੀ ਨੇ ਆਪਣੇ ਬੇਟੇ ਗੋਲਾ ਨੂੰ ਜਨਮ ਦਿੱਤਾ। ਇਸ ਨਾਲ ਦੋਵੇਂ ਅਕਸਰ ਆਪਣੇ ਬੇਟੇ ਨਾਲ ਫੋਟੋਆਂ ਤੇ ਵੀਡੀਓ ਸ਼ੇਅਰ ਕਰਕੇ ਫੈਨਸ ਦਾ ਦਿਲ ਜਿੱਤ ਲੈਂਦੇ ਹਨ। ਆਓ ਦੇਖਦੇ ਹਾਂ ਇਹਨਾਂ ਦੇ ਇਕੱਠਿਆਂ ਦੀ ਕੁਝ ਵੀਡੀਓਜ਼।